ਪੰਜਾਬ ਦੇ 80 ਲੋਕ ਤੁਹਾਡੇ ਦਾਦੇ ਪੜਦਾਦੇ ਦਿਹਾੜੀਆਂ ਕਰਦੇ ਸੀ ਤੁਹਾਡੇ ਜਿਹੜੇ ਮਾਪੇ ਉਹ ਵੀ ਦਿਹਾੜੀਆਂ ਕਰਦੇ ਰਹੇਗੇ ਤੁਹਾਡੇ ਬੱਚੇ ਪੜ੍ਹ ਲਿਖ ਕੇ ਅੱਜ ਵੀ ਕੋਈ ਬੀਏ ਕਰੀ ਬੈਠਾ ਕੋਈ ਪਲੱਸ 2 ਕਰੀ ਬੈਠਾ ਉਹ ਅੱਜ ਵੀ ਝੋਨੇ ਲਾ ਰਹੇ ਆ ਇਹ ਕਿਉਂ ਹੋ ਰਿਹਾ ਮੈਂ ਤੁਹਾਨੂੰ ਉਹ ਸਭ ਦੱਸ ਦੂੰਗਾ ਮੈਂ ਦੂਜੀ ਗੱਲ ਕਰ ਲੱਗਿਆ ਜਰਨਲ ਕਿਹੜਾ ਗਰੀਬ ਦੇ ਵਿੱਚ ਆਉਣਾ ਹੈ ਮਹਾਜਨ ਲੋਕਾਂ ਦੀ ਜਿਹੜੇ ਕਈ ਵਿਚਾਰੇ ਸ਼ਹਿਰਾਂ ਬਾਜ਼ਾਰਾਂ ਦੇ ਵਿੱਚ ਰੇੜੀਆਂ ਲਾਉਂਦੇ ਆ ਤੇ ਉਹਨਾਂ ਦੇ ਘਰ ਵੀ ਕਿਰਾਏ ਤੇ ਆ ਔਰ ਘਰ ਦਾ ਗੁਜ਼ਾਰਾ ਮੱਸਾ ਹੁੰਦਾ ਸਬਜ਼ੀ ਪਾਣੀ ਵੇਚ ਕੇ ਚਾਹੋ ਕੋਈ ਕੇਲੇ ਜਾਂ ਫਲੂਟ ਵੇਚ ਕੇ ਹੁਣ ਮੈਂ ਗੱਲ ਇਹ ਕਰਾਂ ਕਿ ਉਹਨਾਂ ਲੋਕਾਂ ਕੋਲ ਮਕਾਨ ਲੈਣ ਵਾਸਤੇ ਪੈਸੇ ਨਹੀਂ ਗਏ ਕਈ ਤਾਂ ਵਿਚਾਰੇ ਇਹੋ ਜਿਹੇ ਲੋਕ ਜਿਹੜੀਆਂ ਪੀੜੀਆਂ ਦਰ ਪੀੜੀਆਂ ਚੱਲਦੇ ਆਉਂਦੇ ਆ ਦਿਨੋ ਦਿਨ ਮਹਿੰਗਾਈ ਤਾਂ ਵਧੀ ਆ ਪਰ ਸਰਕਾਰਾਂ ਦੇ ਵਿੱਚ ਇਨਸਾਨੀਅਤ ਨਹੀਂ ਵਧੀ ਕਿ ਲੋਕਾਂ ਦੇ ਮੁੱਦੇ ਹੱਲ ਹੋ ਸਕਣ ਹੁਣ ਮੈਂ ਗੱਲ ਕਰ ਲੱਗਿਆ ਗਰੀਬ ਜੱਟ ਲੋਕਾਂ ਦੀ ਜਿੰਨਾਂ ਕੋਲ ਜ਼ਮੀਨ ਐ ਨਹੀਂ ਤੇ ਉਹਨਾਂ ਦਾ ਹਾਲ ਵੀ ਇਦਾਂ ਪੈੜਾ ਕਿ ਉਹ ਦਿਹਾੜੀ ਜਾਂਦੇ ਆ ਘਰ ਦਾ ਗੁਜ਼ਾਰਾ ਹੁੰਦਾ ਬਿਜਲੀ ਬਿੱਲ ਭਰਨ ਵਾਸਤੇ ਪੈਸੇ ਨਹੀਂ ਹੁੰਦੇ ਜਾਂ ਹੋਰ ਵੀ ਕਈ ਜ਼ਰੂਰਤਾਂ ਵਾਸਤੇ ਜਿਹੜੇ ਮੈਸੀ ਕੈਟਾਗਰੀ ਦੀ ਗੱਲ ਕੀਤੀ ਆ ਉਹ ਲਗਭਗ 95% ਲੋਕ ਇਹੋ ਜਿਹੇ ਦਿੜਗੇ ਦਿਹਾੜੀਆਂ ਕਰਦੇ ਆ 95 ਨਾ ਹੋਣਗੇ ਤਾਂ 93 ਤੋਂ ਘੱਟ ਨਹੀਂ ਹੋਣਗੇ ਗੱਲ ਲਿਖ ਲਓ ਜਿੱਥੇ ਵੀ ਲਿਖ ਸਕਦੇ ਆ ਜਿਹੜੇ ਮਹਾਜਨ ਲੋਕਾਂ ਦੀ ਗੱਲ ਕੀਤੀ ਆ ਉਹ ਲਗਭਗ 30 ਤੋਂ 35% ਲੋਕ ਇਹੋ ਜਿਹੇ ਆ ਜਿਹੜੀ ਮੈਂ ਹੁਣ ਗਰੀਬ ਜੱਟਾਂ ਦੀ ਗੱਲ ਕੀਤੀ ਆ ਉਹ ਲਗਭਗ 7 ਤੋਂ 8% ਲੋਕ ਆ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਮੈਂ ਸਾਰਿਆਂ ਦੀ ਗੱਲ ਟੋਟਲ ਕਰ ਰਿਹਾ ਹੁਣ ਗਰੀਬ ਲੋਕਾਂ ਦੀ ਆਪਣਾ ਲੋਕਾਂ ਦਾ ਬੇੜਾਗਰ ਕਿਉਂ ਹੋਇਆ ਚਾਹੇ ਉਹ ਐਸਸੀ ਬੀਸੀ ਜਰਨਲ ਕੋਈ ਹੋਵੇ ਲਗਭਗ 72 ਤੋਂ 73 ਸਾਲ ਹੋ ਚੁੱਕੇ ਆ ਆਪਣੀਆਂ ਅਜੇ ਤੱਕ ਵੀ ਮੁੱਦੇ ਹੱਲ ਨਹੀਂ ਹੋਏ ਸੜਕਾਂ ਨੂੰ ਲੈ ਕੇ ਫਿਰਦੇ ਰਹੇ ਆ ਚਾਹੇ ਸਕੂਲਾਂ ਨੂੰ ਲੈ ਕੇ ਫਿਰਦੇ ਰਹੇ ਆ ਤੇ ਆ ਨਵੀਆਂ ਸਰਕਾਰਾਂ ਨੇ ਰੇਤੇ ਦੇ ਮੁੱਦੇ ਬਣਾਏ ਸੀ ਆ ਛੜਾਬਾਂ ਦੇ ਮੁੱਦੇ ਬਣਾਏ ਸੀ ਬੱਜਰਨਾ ਦੇ ਮੁੱਦੇ ਬਣਾਏ ਸੀ ਪਰ ਹਾਲ ਉਹੀ ਚੱਲਦਾ ਰਿਹਾ ਹੁਣ ਮੈਂ ਗੱਲ ਕਰਾਂ ਇਹ ਹੱਕ ਲੈ ਕੇ ਕਿਹਨੇ ਦੇਣੇ ਹੁੰਦੇ ਆ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਐਮ ਐਲ ਏ 117 ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਜਾਣਾ ਹੁੰਦਾ ਉਹਦੇ ਵਿੱਚ ਲੱਗ ਲੱਗੇ categories ਦੇ ਐਮ ਐਲ ਏ ਚੁਣੇ ਜਾਂਦੇ ਆ ਕੁਝ ਜੱਟ ਲੋਕਾਂ ਦੇ ਕੁਝ ਮਜਬੀ ਸਿੱਖ ਲੋਕਾਂ ਦੇ ਕੋ ਮਤਾ ਸਿੱਧਾ ਕਮਾ ਐਸਸੀ ਲੋਕਾਂ ਦੇ ਕਈ ਜਾਤਾਂ ਦੇ ਆ ਜਾਂਦੇ ਆ ਜੇ ਆਪਣੇ ਹਿੰਦੂ ਵੀਰਾਂ ਦੇ ਕਈ ਐਮਐਲਏ ਆ ਜਾਂਦੇ ਆ ਤੇ ਬੀਸੀ ਕੈਟਾਗਰੀ ਦੇ ਵਿੱਚੋਂ ਕਈ ਐਮਐਲਏ ਆ ਜਾਂਦੇ ਆ ਜੇ ਕਰੇ ਐਮਐਲਏ ਬਣਾਏ ਗਏ ਸੀ ਤਾਂ ਇੱਟੱਕ ਲੋਕਾਂ ਨੂੰ ਬੰਦ ਦਾ ਹੱਕ ਉਹਨਾਂ ਦਾ ਕਿਉਂ ਨਹੀਂ ਮਿਲਿਆ ਮੈਂ ਸਿੱਧੇ ਤੌਰ ਤੇ ਗੱਲ ਕਹਿ ਰਿਹਾ ਵੀ ਸਾਡੇ ਜਿਹੜੇ ਆ ਆ ਐਮਐਲਏ ਬਣੇ ਫਿਰਦੇ ਆ ਸਹੀ ਮੈਨੇ ਦੇ ਵਿੱਚ ਇਹਨਾਂ ਦਾ ਸਿਰਫ ਤੇ ਸਿਰਫ ਕਮਿਸ਼ਨਾਂ ਵੱਲ ਧਿਆਨ ਹੋ ਸਕਦਾ ਆਪਦੀਆਂ ਕਾਰਾਂ ਗੱਡੀਆਂ ਵੱਲ ਧਿਆਨ ਹੋ ਸਕਦਾ ਆਪਦੀਆਂ ਤਨਖਾਹਾਂ ਪੈਨਸ਼ਨਾਂ ਵੱਲ ਧਿਆਨ ਹੋ ਸਕਦਾ ਪਰ ਇਹਨਾਂ ਦਾ ਪੰਜਾਬ ਵੱਲ ਕਦੇ ਵੀ ਧਿਆਨ ਨਹੀਂ ਗਿਆ ਆਮ ਲੋਕਾਂ ਵੱਲ ਕਦੇ ਵੀ ਧਿਆਨ ਨਹੀਂ ਗਿਆ ਜੇਕਰ ਇਹਨਾਂ ਦਾ ਧਿਆਨ ਗਿਆ ਹੁੰਦਾ ਤਾਂ ਮੈਂ ਤੁਹਾਨੂੰ ਇਹ ਵੀ ਗੱਲ ਇੱਕ ਗਾਰੰਟੀ ਦੇ ਨਾਲ ਕਹਿਣਾ ਕਈ ਇਹੋ ਜਿਹੇ ਲੋਕ ਆ ਪੰਜਾਬ ਦੇ ਵਿੱਚ ਜਿਹੜੇ ਜਿੰਨਾਂ ਕੋਲ ਥਾਂ ਲਾਲ ਲਕੀਰ ਦੇ ਵਿੱਚ ਆਉਂਦੇ ਆ ਉਹਨਾਂ ਦੇ ਜਿਹੜੇ ਮਕਾਨਾਂ ਦੀਆਂ ਰਜਿਸਟਰੀਆਂ ਹੋਈਆਂ ਹੁੰਦੀਆਂ ਪਰ ਨਹੀਂ ਦੂਸਰੇ ਨੰਬਰ ਤੇ ਜੇ ਮੈਂ ਗੱਲ ਇਹ ਕਰਾਂ ਕਿ ਇਹੋ ਜਿਹੇ ਲੋਕਾਂ ਜਿੰਨਾਂ ਕੋ ਰਹਿਣ ਵਾਸਤੇ ਮਕਾਨ ਹੀ ਨਹੀਂ ਤੇ ਜੇਕਰ ਇਹ ਸਰਕਾਰਾਂ ਆਮ ਜਨਤਾ ਵਾਸਤੇ ਕੰਮ ਕਰਦੀਆਂ ਹੁੰਦੀਆਂ ਤੇ ਉਹ ਆਮ ਜਨਤਾ ਕੋਲ ਇਹਨਾਂ ਦੇ ਘਰ ਹੋਣੇ ਸੀ ਜੇਕਰ ਐਮਐਲਏ 117 ਪੰਜਾਬ ਦੇ ਲੋਕਾਂ ਵਾਸਤੇ ਕੰਮ ਕਰਦੇ ਹੁੰਦੇ ਇਸ ਸ਼ਮਸ਼ਾਨ ਘਾੜ ਦੇ ਵਿੱਚ ਨਸ਼ੇ ਦੇ ਨਾਲ ਚੜੀ ਜਵਾਨੀ ਨਹੀਂ ਆਉਣੀ ਸੀ ਯਾਦ ਰੱਖ ਲੋ ਗੱਲ ਜੇਕਰ 117 ਐਮ ਐਲ ਏ ਪੰਜਾਬ ਵਾਸਤੇ ਕੰਮ ਕਰਦੇ ਹੁੰਦੇ ਤਾਂ ਨੌਜਵਾਨਾਂ ਬਿਨਾ ਪੰਜਾਬ ਇਹ ਖਾਲੀ ਨਹੀਂ ਹੋਣਾ ਸੀ ਅੱਜ ਨੌਜਵਾਨਾਂ ਤੋਂ ਬਿਨਾ ਇਹ ਪੰਜਾਬ ਆ ਕੋਈ ਤਾਂ ਨਸ਼ਿਆਂ ਦੇ ਰਾਹ ਚੱਲ ਕੇ ਆ ਮੈਂ ਕਹੂੰਗਾ ਸ਼ਮਸ਼ਾਨ ਘਾਟ ਨੂੰ ਜਾ ਰਹੇ ਆ ਕੁਝ ਰੋਜ਼ਗਾਰ ਨੂੰ ਲੈ ਕੇ ਸੱਤ ਸਮੁੰਦਰਾਂ ਪਾਰ ਜਾ ਰਹੇ ਆ ਪਰ 117 ਐਮ ਐਲ ਏ ਦਾ ਨਾ ਤਾਂ ਪਹਿਲਾਂ ਦਿਮਾਗ ਕੰਮ ਕੀਤਾ ਨਾ ਇਹਨਾਂ ਦਾ ਅੱਜ ਦਿਮਾਗ ਕੰਮ ਕੀਤਾ ਮੈਂ ਹੁਣ ਇਹਨਾਂ ਦੀ ਵਿਧਾਨ ਸਭਾ ਚੱਲੀ ਜਾਂਦੀ ਆ ਸੈਸ਼ਨ ਜਿਹੜਾ ਚੱਲ ਰਿਹਾ ਉਹ ਤੇ ਤਾਰਾ ਰਾਰਾ 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 ਕਰੀ ਜਾਂਦੇ ਇੱਕ ਦੂਜੇ ਨਾਲ ਲੜੀ ਭਰੀ ਜਾਂਦੇ ਆ ਜੇਕਰ ਆਮ ਆਦਮੀ ਪਾਰਟੀ ਨੂੰ ਕਾਂਗਰਸੀਆਂ ਨਾਲ ਕੋਈ ਬਾਹਲੀ ਗੱਲ ਹੈਗੀ ਆ ਤਾਂ ਉਹਨਾਂ ਦੇ ਘਰੇ ਜਾਓ ਇੱਕ ਦੂਜੇ ਨੂੰ ਕੁੱਟੋ ਮਾਰੋ ਸਾਨੂੰ ਕਿਸੇ ਨਾਲ ਕੀ ਜਿਹੜੀ ਤੁਸੀਂ ਵਿਧਾਨ ਸਭਾ ਦੇ ਵਿੱਚ ਬੈਠੇ ਆ ਇਹ ਭਾਈ ਉੱਥੇ ਸ਼ਰਬਨਾਂ ਦਾ ਮੱਲਾ ਨਹੀਂਗਾ ਇਹ ਜਾਂ ਉੱਥੇ ਮੈਂ ਕਹਾਂ ਕੋਈ ਠੇਕਾ ਨਹੀਂਗਾ ਜਾਏ ਕੋਈ ਮੁਜਰਾ ਕਰਨ ਵਾਲੀ ਥਾਂ ਨਹੀਂ ਗਈ ਜਾਂ ਜਿੱਥੇ ਤੁਸੀਂ ਜਾ ਕੇ ਰੌਲਾ ਪਾ ਰਹੇ ਆ ਇਹ ਭਾਈ ਰੌਲਾ ਪਾਉਣ ਨੂੰ ਕੋਈ ਮੇਲੇ ਦਾ ਮੈਂ ਤਾਂ ਸਿੱਧਾ ਕਹੂੰਗਾ ਕੋਈ ਖਾੜਾ ਨਹੀਂ ਲੱਗਾ ਹੋਇਆ ਇੱਕ ਦੂਜੇ ਤੇ ਚਿੱਕਾ ਮਾਰੀ ਜਾਂਦੇ ਆ ਉੱਥੇ ਸਾਡੇ ਆਤੇ ਹੱਕ ਮੰਗਣੇ ਸੀ ਪਰ ਤੁਸੀਂ ਕਦੇ ਹੱਕ ਨਹੀਂ ਮੰਗੇ ਪੰਜਾਬ ਦੇ ਲੋਕਾਂ ਨੇ ਤੁਹਾਡੇ ਕੋਲੋਂ ਸਿੱਖਣਾ ਪਰ ਤੁਸੀਂ ਕੀ ਸਿਖਾ ਦੋਗੇ ਲੋਕਾਂ ਨੂੰ ਤੁਸੀਂ ਤਾਂ ਆਪ ਲੜਦੇ ਫਿਰਦੇ ਆ ਤੁਸੀਂ ਇੱਕ ਦੂਜੇ ਨਾਲ ਜਿੱਦੀ ਜਾਂਦੇ ਉੱਥੇ ਔਰ ਤੁਸੀਂ ਯਾਰ ਐਂ ਐ ਕਰਕੇ ਕੋਈ ਮਹੱਲੇ 'ਚ ਲੜੀ ਜਾਂਦੇ ਇੱਕ ਦੂਜੇ ਗਵਾਂਡੀ ਨਾਲ ਆ ਸੁਣੋ ਇੱਕ ਮਿੰਟ ਇਹ ਆ ਚੱਕਰੋ ਇਹ ਕੰਮ ਕਿੰਨਾ ਚਿਰ ਚੱਲਦਾ ਰਹੂਗਾ ਮੈਂ ਉਸ ਵਕਤ ਖੜਾ ਹਾਂ ਮੈਂ ਉਹਨੂੰ ਸਿਰਫ ਇਹ ਕਿਹਾ ਕਿ ਤਮੀਜ਼ ਨਾਲ ਬੋਲੋ ਟਾਕ ਵਿਦ ਰਿਸਪੈਕਟ ਆਪੇ ਅਸੀਂ ਚਲੇ ਜਾਂਦੇ ਜੀ ਚੀਫ ਮਨਿਸਟਰ ਨੇ ਪਹਿਲਾਂ ਐਲਾਨ ਕਰਤਾ ਕਿ ਮੈਂ ਇਹਨੂੰ ਫੜ ਕੇ ਅੰਦਰ ਦੇਣਾ ਆ ਸਾਰੇ ਫੜ ਕੇ ਅੰਦਰ ਦੇਣੇ ਆ ਉਹ ਜਾਂਚ ਦੀ ਇਹਨਾਂ ਨੇ ਨਿਰਪੱਖਤਾ ਹੀ ਖਤਮ ਕਰ ਦਿੱਤੀ ਹੈ ਇਹਦਾ ਮਤਲਬ ਉਹ ਆਪਣਾ ਮਨ ਬਣਾਵਾ ਗਿਆ ਸਾਰੇ ਫੜ ਕੇ ਅੰਦਰ ਦੇਣੇ ਨਹੀਂ ਤੁਸੀਂ ਤਾਂ ਆ ਬੈਠੇ ਨਹੀਂ ਨਾ 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 ਉਹ ਤਾਂ ਅਜੇ ਬੈਠੇ ਨਹੀਂ ਥੀ ਕਿਹੜੇ ਇੱਥੇ ਬੈਠੇ ਮੈਂ ਦੱਸ ਦੇ ਸਾਡੇ ਕਿਸੇ ਇਹ ਮਤਲਬ ਭਗਵੰਤ ਮਾਨ ਕੀ ਸਮਝਾ ਰਿਹਾ ਪੰਜਾਬ ਦੇ ਲੋਕਾਂ ਨੂੰ ਇਹ ਕੀ ਗੱਲਾਂ ਕਰ ਰਿਹਾ ਮੈਂ ਨਵੀਂ ਬਣੀ ਲਾਰਨੀ ਮੇਰੇ ਸੰਧਾਂ ਵੱਲ ਵੇਖ ਉਹ ਪੰਜਾਬ ਉੱਜੜਦਾ ਫਿਰਦਾ ਪੰਜਾਬ ਕੋਈ ਖਾਣ ਨੂੰ ਰੋਟੀ ਨਹੀਂ ਂਕਰੀਬ ਲੋਕਾਂ ਕੋਲੇ ਤੇ ਤੁਸੀਂ ਹਾ ਕੰਮ ਕਰੋਗੇ ਮੈਨੂੰ ਤੁਸੀਂ ਇਹ ਦੱਸੋ ਇਹ ਮੁੱਦੇ ਆ ਇਹ ਇਹ ਕਿਹੜੇ ਮੁੱਦੇ ਬਣ ਗਏ ਪੰਜਾਬ ਦੇ ਉਹ ਜੇ ਤੇ ਪਹਿਲਾਂ ਤੁਸੀਂ ਇਹਨਾਂ ਤੇ ਰਹਿੰਦੇ ਸੀ ਅੱਜ ਇਹ ਤੁਹਾਨੂੰ ਪਿੱਟਦੇ ਫਿਰਦੇ ਆ ਪਹਿਲਾਂ ਝਾੜੂ ਵਾਲੇ ਸੱਤਰ ਵਛਾਉਂਦੇ ਸੀ ਅੱਜ ਇਹ ਸੱਤਰ ਵਛਾਈ ਫਿਰਦੇ ਆ ਇਹ ਕੀ ਆ ਵਿਧਾਨ ਸਭਾ ਦੇ ਵਿੱਚ ਇਹ ਲੜ ਕੇ ਨੇ ਰਹੇ ਆ ਤੁਸੀਂ ਉਹ ਸਾਡਾ ਪੈਸਾ ਬਰਬਾਦ ਕਰੀ ਜਾਂਦੇ ਤੁਸੀਂ ਲੱਖਾਂ ਰੁਪਈਆ ਤੁਹਾਨੂੰ ਤਨਖਾਹ ਮਿਲਦੀ ਆ ਕਾਰਾਂ ਜੀਪਾ ਤੁਹਾਨੂੰ ਫ੍ਰੀ ਮਿਲਿੰਗਾ ਤੇਲ ਤੁਹਾਨੂੰ ਫ੍ਰੀ ਮਿਲਿਆ ਚੁੱਪ ਕਰਕੇ ਬੈਠੇ ਆ ਉੱਥੇ ਲੜੀ ਜਾਂਦੇ ਆ ਇੱਕ ਦੂਜੇ ਨਾਲ ਇਹ ਹੋਤ ਹੀ ਰਿਹਾ ਇਹ ਕਰ ਕੀ ਰਹੇ ਆ ਤੁਸੀਂ ਸਕੂਲਾਂ ਨੂੰ ਗੱਲਾਂ ਕਰਦੇ ਆ ਅਸੀਂ ਸਕੂਲ ਐ ਕਰਦੇ ਆ ਅਸੀਂ ਸਕੂਲਾਂ ਕਰਦੇ ਆ ਤੂੰ ਕੋਈ ਸਕੂਲ ਚੰਗੇ ਨਹੀਂ ਕੀਤੇ ਇੱਕ ਨੰਬਰ ਦਾ ਸਕੂਲ ਨਹੀਂ ਚੰਗਾ ਕੀਤਾ ਕਿਤੇ ਭਲੇਖੇ ਚ ਫਿਰਦੇ ਹੋ ਵੋ ਜਿਸ ਉਸ ਦਿਨ ਇਹ ਸਰਕਾਰੀ ਸਕੂਲ 1 ਨੰਬਰ ਤੇ ਆਉਣਗੇ ਜਿਸ ਦਿਨ ਤੁਹਾਡੇ ਮੰਤਰੀਆਂ ਦੇ ਬੱਚੇ ਨਾ ਸਕੂਲਾਂ ਦੇ ਵਿੱਚ ਹੋਣਗੇ ਤੁਸੀਂ ਐਵੇਂ ਡੇਲੀ ਕਰੇ ਚੱਕਿਆ ਯਾਰ ਫੇਸਬੁੱਕ ਦਾ ਰੀਚਾਰਜ ਖਤਮ ਹੋਇਆ ਤੁਹਾਡਾ ਫੇਸਬੁੱਕ ਤੇ ਇੱਕ ਦੂਜੇ ਨਾਲ ਲੜੋ ਘਰੇ ਜਾ ਕੇ ਉਹਨਾਂ ਨਾਲ ਲੜੋ ਉਹ ਤੁਹਾਨੂੰ ਉੱਥੇ 5 ਮਿੰਟ ਮਿਲਦੇ ਆ ਆਹ ਉਹਦੇ ਹਲਕੇ ਦੀ ਗੱਲ ਕਰਨ ਵਾਸਤੇ ਤੁਸੀਂ ਉੱਥੇ ਇੱਕ ਦੂਜੇ ਬੋਲਣ ਤੇ ਹਲਕ ਜਾਂਨੇ ਆ ਉਹ ਭਰਾਵਾ ਤੁਹਾਡੇ ਵਾਸਤੇ ਆ ਕਰਨ ਨੂੰ ਨਹੀਂ ਭੇਜਿਆ ਉੱਥੇ ਗੱਲ ਕਰੋ ਆਪਦੇ ਹਲਕੇ ਦੀ ਹਰ ਹਲਕੇ ਦੇ ਵਿੱਚ ਤਿੰਨ ਚੀਜ਼ਾਂ ਚਾਰ ਚੀਜ਼ਾਂ ਭਾਰੂ ਹੋ ਚੁੱਕੀਆਂ ਪਹਿਲਾ ਮੈਂ ਕਹਾਂ ਜਿਹੜੀ ਚੀਜ਼ ਦੀ ਲੋੜ ਪੈਂਦੀ ਆ ਸਿਹਤ ਸਿੱਖਿਆ ਦੀ ਉਹ ਕਿਸੇ ਵੀ ਹਲਕੇ ਦੇ ਵਿੱਚ ਨਹੀਂ ਗਈ ਉਹ ਤੁਸੀਂ ਨਕਾਰੇ ਹੋਏ ਲੋਕ ਐਮਐਲਓ ਤੁਹਾਡੇ ਬੱਲੇ ਕੱਖ ਨਹੀਂਗਾ ਯਾਦ ਰੱਖੋ ਐਡੋ ਸ਼ਰਮਿੰਦਗੀ ਵਾਲੀ ਗੱਲ ਕੀ ਹੋ ਸਕਦੀ ਆ ਕਿ ਜਿਹੜੇ ਲੋਕ ਗਰੀਬ ਲੋਕ ਵੀਡੀਓ ਪਾ ਪਕੇ ਇਲਾਜ ਤੋਂ ਬਿਨਾ ਤਰਸਦੇ ਫਿਰਦੇ ਆ ਐਡੇ ਉਤੋਂ ਤੁਹਾਡੇ ਤੋਂ ਨਕਾਰੀ ਗੱਲ ਕੀ ਹੋ ਸਕਦੀ ਆ ਤੁਸੀਂ ਮੰਨੋ ਕਿ ਤੁਸੀਂ ਨਕਾਰੇ ਲੋਕ ਆ ਤੁਸੀਂ ਮੰਨੋ ਕਿ ਤੁਸੀਂ ਵੋਟਾਂ ਜਿਵੇਂ ਮਰਜ਼ੀ ਲਈਆਂ ਠੱਕੇ ਨਾਲ ਬਣ ਚੁੱਕੇ ਆ ਲੋਕਤੰਤਰ ਸੀਗਾ ਤੁਸੀਂ ਜਿੱਤ ਕੇ ਵੋਟਾਂ ਦੇ ਨਾਲ ਪਰ ਜਿੱਤੇ ਕਿਵੇਂ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹੁਣ ਜੇ ਮੈਂ ਗੱਲ ਕਰਾਂ ਆਮ ਆਦਮੀ ਪਾਰਟੀ ਦੀ ਲੋਕਾਂ ਨੇ ਤੁਹਾਨੂੰ ਯਕੀਨ ਕਰਕੇ ਜਿਤਾਇਆ ਖਾਸ ਤੌਰ 'ਤੇ ਭਾਈਚਾਰਾ ਤੁਹਾਡੇ ਮਗਰ ਲੱਗ ਗਿਆ ਕਿ ਸਾਡੇ ਨਾਲ ਆ ਕਰੂਗਾ ਸਾਨੂੰ ਕੁਝ ਨਾ ਕੁਝ ਦੇਊਗਾ ਪਰ ਤੁਸੀਂ ਉਹਨਾਂ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਭਗਵੰਤ ਮਾਨ ਯਾਦ ਰੱਖ ਵੱਡੇ ਤੁਸੀਂ ਬਣੇ ਫਿਰਦੇ ਆ ਕਿ ਅਸੀਂ ਪਤਾ ਨਹੀਂ ਕਿੱਡੇਕ ਬਣ ਗਏ ਆ ਕਿਹੜੀ ਸਰਕਾਰ ਬੋਲਣ ਜੋ ਗਰੀ ਆ ਤੁਹਾਡੇ ਚੋਂ ਕਿਹੜੀ ਸਰਕਾਰ ਬਾਹਰ ਖੜ ਕੇ ਕਹਦੂਗੀ ਕਿ ਅਸੀਂ ਸਿਹਤ ਸਿੱਖਿਆ ਰੋਜ਼ਗਾਰ ਤੇ ਕੰਮ ਕੀਤਾ ਨਾਲੇ ਭਗਵੰਤਮਨ ਮੇਰੇ ਸਾਹਮਣੇ ਹੱਥ ਖੜਾ ਕਰਕੇ ਵਿਖਾਵੇ ਮੈਂ ਇਹ ਦੱਸ ਰਿਹਾ ਤੁਸੀਂ ਨਕਾਰੇ ਹੋਏ ਲੋਕ ਆ ਉਸ ਦਿਨ ਮੈਂ ਉਸ ਦਿਨ ਮੰਨੂਗਾ ਵੀ ਸੇ ਮੈਂ ਕਹੂੰਗਾ ਵੀ ਸੇ ਵਾਕਈ ਹਸਪੀਟਲ ਚੰਗੇ ਆ ਜਿਸ ਦਿਨ ਲੋਕਾਂ ਦੀਆਂ ਵੀਡੀਓ ਆਉਣੀਆਂ ਬੰਦ ਹੋ ਗਈਆਂ ਯਾਦ ਰੱਖ ਲੋ ਗੱਲ ਲੋਕਾਂ ਦੀਆਂ ਵੀਡੀਓ ਹੁੰਦੀਆਂ ਜਿਨ੍ਹਾਂ ਲੋਕਾਂ ਨੂੰ ਤੁਸੀਂ ਬੇਰੁਜ਼ਗਾਰ ਕਰਕੇ ਸੱਤ ਸਮੁੰਦਰੋਂ ਪਾਰ ਭੇਜਿਆ ਉਹ ਤੁਹਾਡੀ ਪਬਲਿਕ ਦਾ ਉਹ ਲਾਜ ਕਰਾਉਂਦੇ ਫਿਰਦੇ ਆ ਇਦੇ ਉੱਤੇ ਸ਼ਰਮਿੰਦਗੀ ਵਾਲੀ ਗੱਲ ਕੀ ਹੋਊਗੀ ਕੀ ਹੋਊਗੀ ਸ਼ਰਮਿੰਦਗੀ ਵਾਲੀ ਗੱਲ ਤੁਸੀਂ ਉੱਥੇ ਇੱਕ ਦੂਜੇ ਨਾਲ ਰੌਲਾ ਪਾਈ ਜਾਂਦੇ ਐਕਟਿੰਗ ਕਰਦੇ ਆ ਤੁਸੀਂ ਇਹ ਲੋਕ ਤੁਹਾਡੀਆਂ ਗੱਲਾਂ ਚਾ ਸਕਦੇ ਆ ਪਰ ਵਿਸ਼ਵਦੀਪ ਗੱਲਾਂ ਚ ਨਹੀਂ ਆ ਸਕਦਾ ਯਾਦ ਰੱਖ ਲੋ ਮੈਂ ਫਿਰ ਤੋਂ ਕਹਿ ਰਿਹਾ ਕਿ ਸਕੂਲ ਉਹਦੇ ਚੰਗੇ ਹੋਣਗੇ ਜਸਤਨ ਤੁਹਾਡੇ ਮੰਤਰੀਆਂ ਦੇ ਤੁਹਾਡੇ ਐਮਐਲਏ ਦੇ ਬੱਚੇ ਨਾ ਸਕੂਲਾਂ ਚ ਜਾਣਗੇ ਇਹ ਹਸਪੀਟਲ ਉਹਦੇ ਚੰਗੇ ਹੋਣਗੇ ਜਿਸ ਦਿਨ ਇੱਕ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦਾ ਇਲਾਜ ਸਰਕਾਰੀ ਹਸਪੀਟਲਾਂ ਦੇ ਵਿੱਚ ਹੋਇਆ ਨੀਤਾ ਨਹੀਂ ਚੰਗੇ ਹੋਣਗੇ ਯਾਦ ਰੱਖ ਲਓ ਕਿਹੜੀ ਸਰਕਾਰ ਕਹਿੰਦੀ ਆ ਇਹ ਮੁੱਦੇ ਕਿਹੜੇ ਗਿਣਾਈ ਜਾਂਦੀ ਆ ਉਹ ਰੇਤੇ ਦਾ ਮੁੱਦਾ ਬਣਾ ਲਿਆ ਤੁਸੀਂ ਉਹ ਤੁਹਾਨੂੰ ਕੀ ਕਮਾਈ ਆ ਤੁਹਾਡੀਆਂ ਕੀ ਗੱਲਾਂ ਕਰੀ ਜਾਂਦੇ ਆ ਵਾਹ ਵਾਹ ਰੇਤਾ 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 ਕਰ ਕਰਕੇ ਉਹ ਪੰਜਾਬ ਦੇ ਲੋਕਾਂ ਦੀ ਜ਼ਮੀਨ ਹੋਵੇ ਪੰਜਾਬ ਦੇ ਲੋਕਾਂ ਦਾ ਹੱਕ ਹੋਵੇ ਆਮ ਪਬਲਿਕ ਉਥੋਂ ਦੀ ਮੈਂ ਕਹੂੰਗਾ ਵੀ ਜਿਹੜੀ ਪਬਲਿਕ ਆ ਉਹ ਉਥੋਂ ਦੀ ਮਾਲਕ ਹੋਵੇ ਤੇ ਰਾਜ ਤੁਸੀਂ ਕਰਦੇ ਫਿਰਦੇ ਆ ਪੰਜਾਂ ਸਾਲਾਂ ਦੇ ਰਾਖੇ ਬਾਏ ਲੋਕਾਂ ਦੇ ਰਾਜ ਕਰਦੇ ਫਿਰਦੇ ਆ ਇਹ ਉਹ ਲੋਕਾ ਜਿਹੜੇ ਤੁਹਾਨੂੰ ਕੰਨ ਮੈਂ ਦਿੰਦੇ ਆ ਇਹ ਉਹ ਲੋਕਾ ਜਿਹੜਾ ਕਦੇ ਤੁਹਾਨੂੰ ਤੁਹਾਡੇ ਨਾਂ ਕੋਈ ਕੋਈ ਸਾਈਕਲ ਨਹੀਂ ਦਿੰਦਾ ਤੁਹਾਨੂੰ ਇਹਨਾਂ ਲੋਕਾਂ ਨੇ ਗੱਡੀਆਂ ਬਖਸ਼ਦੀਆਂ ਯਾਦ ਰੱਖੋ ਤੁਹਾਡੀ ਕਦੇ ਤੁਹਾਡੇ ਘਰ 'ਚ ਨਹੀਂ ਕਿਸੇ ਨੇ ਸੁਣੀ ਹੋਣੀ ਪਰ ਇਹਨਾਂ ਲੋਕਾਂ ਨੇ ਤੁਹਾਨੂੰ ਪਾਵਰ ਦੇ ਕੇ ਵੱਡੇ ਵੱਡੇ ਲੋਕਾਂ ਦੇ ਸਾਹਮਣੇ ਤੁਹਾਡੀ ਸੁਣਵਾਈ ਹੋਣ ਲੱਗ ਗਈ ਤੁਸੀਂ ਇਹ ਮਲ ਮੋੜਦੇ ਆ ਫਿਰ ਤੁਸੀਂ ਗੱਲ ਕਰਦੇ ਆ ਰੇਤੇ ਦੀ ਰੇਤਾ ਕਿਹੜੀ ਸਰਕਾਰ ਸਸਤਾ ਕਰਦੀ ਸੀ ਮੈਨੂੰ ਇਹ ਦੱਸੋ ਅੱਜ ਭਗਵੰਤ ਮਾਨ ਦੀ ਸਰਕਾਰ 'ਚ 25 ਰੁਪਏ ਫੁੱਟ ਰੇਤਾ ਘਰੇ ਪਹੁੰਚਦਾ ਬਹੁਤੀਆਂ ਗੱਲਾਂ ਨਾ ਕਰੇ ਇਹ ਜਿਹੜੀ ਮੈਂ ਪ੍ਰਤਾਪ ਬਾਜਵੇ ਨੂੰ ਕਹਿ ਰਿਹਾ ਥੋੜੀ ਸਰਕਾਰ ਦੇ ਵਿੱਚ ਵੀ ਹਾਲੇ ਸੀ ਬਹੁਤੀਆਂ ਗੱਲਾਂ ਤੁਸੀਂ ਵੀ ਨਾ ਕਰੋ ਯਾਦ ਰੱਖੋ ਸਭ ਇੱਕੋ ਗੁਫਾ ਦੇ ਬੰਦੇ ਆ ਸਭ ਕੌਲੀ ਮੈਂ ਤਾਂ ਸਿੱਧੀ ਗੱਲ ਕਹੂੰਗਾ ਜੀ ਅੰਨੀ ਪੀ ਜਾਂਦੀ ਆ ਕੁੱਤੀ ਛੱਟੀ ਜਾਂਦੀ ਆ ਬਸ ਕੰਮ ਇੱਥੇ ਹੋਇਆ ਪਏ ਸਿਆਣਿਆਂ ਦੀ ਕਾਫੀ ਸੀਗੀ ਜੇ ਤੁਹਾਨੂੰ ਪੰਜਾਬ ਦਾ ਫਿਕਰ ਹੁੰਦਾ ਪ੍ਰਤਾਪ ਬਾਜਵਾ ਤਾਂ ਤੇਰੀ ਸਰਕਾਰ ਚੂਰੋ ਚੂਰ ਨਹੀਂ ਹੋਣੀ ਸੀ ਜੇ ਕਰੇ ਭਗਵੰਤ ਮਾਨ ਨੂੰ ਪੰਜਾਬ ਦਾ ਫਿਕਰ ਹੁੰਦਾ ਤੇ ਸੰਗਰੂਰ ਵਾਲੀ ਸੀਟ ਸਿਮਰਜੀਤ ਮਾਨ ਕੋਲ ਨਹੀਂ ਹੋਣੀ ਸੀ ਹੁਣ ਯਾਦ ਰੱਖ 2027 ਦੇ ਵਿੱਚ ਇਹ ਪੰਜਾਬ ਦੇ ਲੋਕਾਂ ਨੇ ਤੁਹਾਡਾ ਬੇੜਾਗਰ ਕਰਕੇ ਨਾ ਰੱਖਿਆ ਤਾਂ ਮੇਰਾ ਨਾਂ ਵਿਸ਼ਵ ਦੀ ਫਾਜ਼ਿਲ ਕਾਣੀ ਮੈਨੂੰ ਤੁਹਾਡੇ ਕਈ ਆਮ ਆਦਮੀ ਪਾਰਟੀ ਦੇ ਲੋਕ ਕਹਿੰਦੇ ਹੁੰਦੇ ਆ ਕਿ ਤੈਨੂੰ ਤੈਨੂੰ ਕੌਣ ਪੁੱਛਦਾ ਮੈਨੂੰ ਪੁੱਛੇ ਕੋਈ ਨਾ ਪੁੱਛੇ ਪਰ ਤੁਹਾਡੀਆਂ 92 ਸੀਟਾਂ ਲਿਆਉਣ ਦੇ ਵਿੱਚ ਸਾਡੇ ਅਰਗੇ ਨੇ ਪੂਰਾ ਯੋਗਦਾਨ ਪਾਇਆ ਜਿਹੜੇ ਪੰਜਾਬ ਦੇ ਕੰਮਾਂ ਦੇ ਖਿਲਾਫ ਬੋਲ ਜਾਂਦੇ ਸੀ ਜਿਹੜੇ ਇਹਨਾਂ ਰਾਜਨੀਤਿਕ ਲੀਡਰਾਂ ਦੇ ਉਹ ਖਿਲਾਫ ਬੋਲੇ ਮੈਂ ਤਾਂ ਤੁਹਾਡੇ ਪਹਿਲਾਂ ਹੀ ਖਿਲਾਫ ਬੋਲਦਾ ਸੀ 2020 ਤੋਂ ਲੈ ਕੇ ਅੱਜ ਵੀ ਬੋਲ ਰਿਹਾ ਮੇਰੀ ਕਿਸੇ ਨਾਲ ਕੋਈ ਯਾਰੀ ਦੋਸਤੀ ਨਹੀਂ ਕਿਸੇ ਨਾਲ ਮੇਰੀ ਦੁਸ਼ਮਣੀ ਨਹੀਂ ਪਰ ਮੈਂ ਜੇਕਰ ਪੰਜਾਬ ਦੇ ਕੰਮ ਕਰੋਗੇ ਤਾਂ ਮੈਂ ਤੁਹਾਡੇ ਨਾਲ ਆ ਪਰ ਪੰਜਾਬ ਦੇ ਤੁਸੀਂ ਕੰਮ ਨਹੀਂ ਕਰ ਰਹੇ ਸਿਹਤ ਸਿੱਖਿਆ ਰੋਜ਼ਗਾਰ ਦਾ ਪ੍ਰਬੰਧ ਨਾ ਤੁਸੀਂ ਕੀਤਾ ਨਾ ਤੁਸੀਂ ਕਰਨ ਹੁਣ ਮੈਂ ਇੱਥੇ ਗੱਲ ਕਰਾਂ ਰਾਜੇ ਵੜਿੰਗ ਦੀ ਰਾਜਾ ਵੜਿੰਗ ਨੇ ਵਿਧਾਨ ਸਭਾ ਚ ਮੁੱਦਾ ਬਣਾਇਆ ਇਹ ਆਖੇ ਥਾਣਾ ਵੇਖੋ ਅਜਨਾਲੇ ਥਾਣਾ ਅਜਨਾਲਾ ਥਾਣਾ ਅਜਨਾਲਾ ਥਾਣਾ ਕੀ ਹੈ ਅਜਨਾਲੇ ਥਾਣੇ ਭੁੱਲ ਗਿਆਂ ਤੁਸੀਂ 84 ਵੇਲੇ ਆ ਜੀ ਤੁਹਾਨੂੰ ਤੁਹਾਡੀ ਕਾਂਗਰਸ ਨੂੰ ਗੁਰੂ ਸਾਹਿਬ ਦਾ ਫਿਕਰ ਹੁੰਦਾ 84 ਵੇਲੇ ਕੀ ਹੋਇਆ ਸੀ ਉਦੋਂ ਇਹ ਤੁਹਾਡਾ ਫਿਕਰ ਕਿੱਥੇ ਸੀ ਜੇਕਰ ਤੁਸੀਂ ਸਿੱਖੀ ਨੂੰ ਮੰਨਣ ਵਾਲੇ ਲੋਕ ਤਾਂ ਮੈਂ ਤੁਹਾਨੂੰ ਭਾਈ ਸਾਹਿਬ ਇਹ ਵੀ ਪੁੱਛਣਾ ਚਾਹੁੰਨਾ ਕਿ ਤੁਸੀਂ ਤੁਹਾਡੀ ਸਰਕਾਰ ਦੇ ਵਿੱਚ ਕੀ ਕੁਝ ਹੋਇਆ ਤੁਹਾਡੀ ਸਰਕਾਰ ਵੇਲੇ ਗੋਲੀਆਂ ਚੱਲੀਆਂ ਤੁਹਾਡੀ ਸਰਕਾਰ ਵੇਲੇ ਗਰੀਬ ਲੋਕਾਂ ਨਾਲ ਅਤਿਆਚਾਰ ਹੋਇਆ ਤੂੰ ਵੱਡੇ ਇੱਥੇ ਬਣੇ ਫਿਰਦੇ ਆਂ ਕੀ ਕਰਕੇ ਦਿੱਤਾ ਤੁਸੀਂ ਰੇਤਾ ਤੁਹਾਡੇ ਵਾਲੀ ਸਸਤਾ ਮਿਲਦਾ ਸੀ ਤੁਸੀਂ ਆਪਦੇ ਵਾਲੀ ਕੁਝ ਨਹੀਂ ਕੀਤਾ ਤੁਹਾਡੇ ਬੇਟੀਆਂ ਚਵੱਟੇ ਪਾਏ ਹੋਏ ਇਹ ਜੇਕਰ ਤੁਸੀਂ ਚੰਗੇ ਸੀ ਤੁਹਾਨੂੰ ਕਿਉਂ ਨਹੀਂ ਦੱਸਾਇਆ ਲੋਕਾਂ ਨੇ ਤੁਸੀਂ ਇਹ ਗੱਲਾਂ ਕਰੋ ਜਿਹੜੀਆਂ ਪੰਜਾਬ ਖਾਤਰ ਬੰਦੀਆਂ ਐਕਟਿੰਗਾਂ ਕਰ ਕਰਕੇ ਤੂੰ ਮੁੱਖ ਮੰਤਰੀ ਵੀ ਬਣ ਸਕਦਾ ਲਖਾ ਲ ਮੈਨੂੰ ਜਿੱਥੇ ਲਿਖਾਉਣਾ ਯਾਦ ਰੱਖ ਲੈ ਇਹ ਪੰਜਾਬ ਦੇ ਲੋਕ ਸਾਡੇ ਦਾਦੇ ਪੜਦਾਦਿਆਂ ਤੇ ਰਾਜ ਕੀਤਾ ਤੁਸੀਂ ਪਿਓ ਦਾਦਿਆਂ ਤੇ ਰਾਜ ਕੀਤਾ ਤੁਸੀਂ ਸਾਡੇ ਤੇ ਰਾਜ ਕੀਤਾ ਤੁਸੀਂ ਸਾਨੂੰ ਫਿੱਟੇ ਲਾਂਤ ਇਹੋ ਜੀ ਤੁਹਾਡੀਆਂ ਸਰਕਾਰਾਂ ਤੇ ਜਿਹੜੀ ਸਾਨੂੰ ਸਿਹਤ ਸਿੱਖਿਆ ਰੋਜ਼ਗਾਰ ਨਹੀਂ ਦੇ ਸਕੀ ਵੱਡੇ ਕੋਲ ਜੇ ਪੰਜਾਬ ਦਾ ਖਜ਼ਾਨਾ ਖਾਲੀ ਆ ਮੈਂ ਭਗਵੰਤ ਮਾਨ ਨੂੰ ਵੀ ਕਹਿਣਾ ਤੁਹਾਨੂੰ ਵੀ ਕਹਿਣਾ ਜੇ ਪੰਜਾਬ ਦਾ ਖਜ਼ਾਨਾ ਖਾਲੀ ਆ ਤਾਂ ਫਿਰ ਮਰੂਤੀਆਂ ਗੱਡੀਆਂ ਤੇ ਆ ਜਾਓ ਤੁਸੀਂ ਐਲ ਪੀ ਗੈਸ ਤੇ ਚਲਾਓ ਜੇਕਰ ਪੰਜਾਬ ਦਾ ਖਜ਼ਾਨਾ ਖਾਲੀ ਆ ਤਾਂ ਸਾਈਕਲਾਂ ਤੇ ਆਓ ਜੇਕਰ ਪੰਜਾਬ ਦਾ ਖਜ਼ਾਨਾ ਖਾਲੀ ਆ ਤਾਂ ਵੱਡੇ ਫੋਨ ਕਿੱਥੋਂ ਆ ਰਹੇ ਆ ਤੁਹਾਡੇ ਕੋਲ ਤੁਹਾਡੀਆਂ ਕੋਠਾਂ ਕਿੱਥੋਂ ਪੈ ਰੀਆਂ ਵੱਡੇ ਖਜ਼ਾਨਾ ਖਾਲੀ ਵਾਲੇ ਚੰਗੇ ਖਾਣੇ ਖਾਂਦੇ ਆ ਤੁਸੀਂ ਵਿਧਾਨ ਸਭਾ ਚ ਚੰਗਾ ਖਾਣਾ ਮਾੜਾ ਬੋਲਣਾ ਕੀ ਕਰ ਕੀ ਰਹੇ ਆ ਤੁਸੀਂ ਮੇਰੇ ਤੋਂ ਬਹੁਤਾ ਸੱਚ ਨਾ ਬਲਵਾਓ ਇੱਥੇ ਮਰੀ ਜਾਂਦੇ ਆ ਪੰਜਾਬ ਦੇ ਲੋਕ ਤੁਸੀਂ ਤਾਂ ਆਪਦੇ ਨਜ਼ਾਰੇ ਲੁੱਟੇ ਜਾਂਦੇ ਆ ਪ੍ਰਤਾਪ ਬਾਜਵੇ ਦੀ ਵੀ ਚੜੇ ਮਹੀਨੇ ਕੋਈ 2-4 ਕੋਈ 2-2 ਲੱਖ ਆ ਜਾਣੀ ਆ ਰਾਜੇ ਵੜਿੰਗ ਦੀ ਵੀ ਇੱਕ ਅੱਧੀ ਤਨਖਾਹ ਇੱਕ ਤਨਖਾਹ ਤੇ ਦੋ ਕੋ ਪੈਨਸ਼ਨ ਆ ਜਾਣੀਆਂ ਰਾਜੇ ਵੜਿੰਗ ਨੇ ਕੀ ਲੈਣਾ ਪੰਜਾਬ ਤੋਂ ਪਕਾਵਾਤ ਤਮੰਦੀ ਵੀ ਐਮਪੀ ਵਾਲੀ ਪੈਨਸ਼ਨ ਤੇ ਮੁੱਖ ਮੰਤਰੀ ਵਾਲੀ ਤਨਖਾਹ ਆ ਜਾਣੀ ਆ ਇਹਨੂੰ ਕਿਸੇ ਦਾ ਕੀ ਫਿਕਰ 3 ਲੱਖ ਦੇ ਬੂਟੇ ਪਾਉਣ ਆਲੇ ਤੈਨੂੰ ਕੀ ਫਿਕਰ ਆ ਪੰਜਾਬ ਦਾ ਦੱਸ ਮੈਨੂੰ ਆ ਤੁਹਾਡੇ ਘਰ ਸੋਨਾ ਆ ਤੁਸੀਂ 25000 ਰੁਪਏ ਤੇ ਗੁਜ਼ਾਰਾ ਕਰਨ ਵਾਲੇ ਸੀ ਅੱਜ ਤੁਹਾਡੇ ਕੋਲ ਇੰਨਾ ਪੈਸਾ ਆ ਕਿੱਥੋਂ ਆਇਆ ਖਜ਼ਾਨਾ ਸਾਡੇ ਆរី ਖਾਲੀ ਹੁੰਦਾ ਸਾਡੇ ਤੂੰ ਸਾਨੂੰ ਮਾਰ ਕੇ ਰੱਖਦਾ ਤੁਸੀਂ ਕਿਹੜਾ ਇੱਥੇ ਤੁਸੀਂ ਪੰਜਾਬ ਦਾ ਯੋਗਦਾਨ ਪਾਈ ਜਨੇ ਮੈਨੂੰ ਚੰਗੀ ਤਰ੍ਹਾਂ ਪਤਾ ਇੱਥੇ ਲੱਗੇ ਪਏ ਕਦੇ ਇੱਥੇ ਆ ਹੋ ਗਿਆ ਕਦੇ ਇੱਥੇ ਆ ਹੋ ਗਿਆ ਤੁਹਾਨੂੰ ਚਾਰ ਪੌਣਾ ਵਾਸਤੇ ਨਹੀਂ ਰੱਖਿਆ ਕਿਸੇ ਨੇ ਪੰਜਾਬ ਦੇ ਮੁੱਦੇ ਸਲਝਾਉਣ ਵਾਸਤੇ ਰੱਖਿਆ ਮੈਂ ਸਪੀਕਰ ਸਾਹਿਬ ਨੂੰ ਕਹਿਣਾ ਚਾਹੂੰਗਾ ਸਪੀਕਰ ਸਾਹਿਬ ਵਿਧਾਨ ਸਭਾ ਦੇ ਵਿੱਚੋਂ ਜੇਕਰ ਅਹੁਦਾ ਉੱਚਾ ਦਾ ਤੁਹਾਡਾ ਉੱਚਾ ਕੁਲਤਾਰ ਸਿੰਘ ਸੰਧਵਾ ਜੀ ਤੁਸੀਂ ਆਪ ਦੀ ਕੁਲਤਾਰ ਦੇਣੀ ਆ ਪੰਜਾਬ ਦੀ ਡੁੱਬ ਜਾਣੀ ਤੇ ਲਾਸਾਂ ਨਾਲ ਵੀ ਨਹੀਂ ਬਾਹਰ ਨਿਕਲਣੀ ਯਾਦ ਰੱਖ ਲੋ ਤੇ ਮੈਂ ਕੁਲਤਾਰ ਸਿੰਘ ਸੰਧਵਾ ਜੀ ਇਹ ਕਹੂੰਗਾ ਸਭ ਤੋਂ ਅਹੁਦਾ ਉੱਚਾ ਤੁਹਾਡਾ ਇਹ ਤੁਸੀਂ ਕਿੰਨੇ ਕਾਰੀ ਕਹਿ ਦੋਗੇ ਵੀ ਮੈਂ ਇੱਥੇ ਤੁਹਾਡੀ ਨਹੀਂ ਇਹ ਸੁਣਦੇ ਤੁਸੀਂ ਇਹ ਦੱਸੋ ਵੀ ਇੱਥੇ ਕਰਨ ਕੀ ਆਉਂਦੇ ਆ ਵਿਧਾਨ ਸਭਾ ਚ ਲੋਕਾਂ ਦੇ ਮੁੱਦੇ ਹੱਲ ਕਰਾਉਣ ਆਉਂਦੇ ਆ ਨਾ ਕਿ ਇੱਕ ਦੂਜੇ ਨਾਲ ਲੜਨ ਵਾਸਤੇ ਜੇਕਰ ਲੜਨਾ ਤਾਂ ਆਪਦਾ ਵਿਧਾਨ ਸਭਾ ਤੋਂ ਬਾਹਰ ਇੱਕ ਦੂਜੇ ਨਾਲ ਟਾਈਮ ਬਣ ਲਓ ਜੁੰਡੋ ਜੁੰਡੀ ਹੋਣਾ ਹੋ ਜਾ ਫਿਰ ਮੇਰੇ ਮੂੰਹ ਚ ਸੱਚੀ ਨਿਕਲੂਗੀ ਮੈਂ ਮਾਫੀ ਚਾਉਣਾ ਜੇਕਰ ਮੈਂ ਕੁਝ ਗਲਤ ਬੋਲਿਆ ਹਾਂ ਜਿਵੇਂ ਤੁਸੀਂ ਵਿਧਾਨ ਸਭਾ ਦੇ ਵਿੱਚ ਲੜਦੇ ਆ ਇੱਥੋਂ ਪਤਾ ਲੱਗਦਾ ਵੀ ਤੁਸੀਂ ਇੱਕ ਦੂਜੇ ਦੇ ਦੁਸ਼ਮਣ ਜੇਕਰ ਤੁਸੀਂ ਦੁਸ਼ਮਣ ਆ ਤਾਂ ਕਿਹੜੀ ਗੱਲਾਂ ਆ ਜਦੋਂ ਭਗਵੰਤ ਮਾਨ ਕਹਿੰਦਾ ਮੈਂ ਪੰਜਾਬ ਬਚਾਉਣਾ ਪਰ ਤਾਂ ਬਾਜਵਾ ਕਹਿੰਦਾ ਪੰਜਾਬ ਬਚਾਉਣਾ ਤਾਂ ਫਿਰ ਤੁਹਾਡੀ ਦੁਸ਼ਮਣੀ ਕਾਦੀ ਆ ਕਾਦੀ ਦੁਸ਼ਮਣੀ ਆ ਇਹਦਾ ਮਤਲਬ ਇਹ ਆ ਕਿ ਨਾ ਕਾਂਗਰਸ ਪੰਜਾਬ ਬਚਾਉਣਾ ਚਾਹੁੰਦੀ ਆ ਨਾ ਇਹ ਭਗਵੰਤ ਮਾਨ ਹੋਰੀ ਪੰਜਾਬ ਬਚਾਉਣਾ ਚਾਹੁੰਦੇ ਆ ਜੇ ਬਚਾਉਣਾ ਚਾਹੁੰਨੇ ਆ ਤਾਂ ਸਿਰਫ ਇੱਕੋ ਚੀਜ਼ ਉਹ ਆ ਤੁਹਾਡੀ ਕੁਰਸੀ ਤੇ ਤਨਖਾਹ ਤੇ ਗੱਡੀਆਂ ਐਸ਼ਵਰਾਮ ਬਾਸ ਇਹ ਤੁਹਾਡੀ ਨੂੰ ਤਿੰਨੇ ਚਾਰੇ ਚੀਜ਼ਾਂ ਜ਼ਰੂਰ ਤਾਂ ਉਹ ਤੁਹਾਨੂੰ ਮਿਲ ਜਾਂਦੀਆਂ ਤੇ ਜੇਕਰ ਕੁਝ ਮੈਂ ਗਲਤ ਬੋਲਿਆ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ